ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਜੋ ਵਾਅਦੇ ਕੀਤੇ ਸੀ, ਕੇਂਦਰ ਸਰਕਾਰ ਵੀ ਆਪਣੇ ਵਾਅਦਿਆਂ ਤੋਂ ਮੁੱਕਰ ਗਈ ਹੈ। ਇਸ ਕਾਰਨ ਪੰਜਾਬ ਦੇ ਕਿਸਾਨ ਦਿੱਲੀ ਵਿੱਚ ਜਾਣ ਨੂੰ ਤਿਆਰ ਹਨ, ਪਰ ਉਹਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਜਾ ਰਿਹਾ ਹੈ, ਜਿਸ ਵਜ੍ਹਾ ਨਾਲ ਉਹਨਾਂ ਨੇ ਬਠਿੰਡਾ ਵਿੱਚ ਅੱਜ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਹੈ ਅਤੇ ਨਾਅਰੇਬਾਜ਼ੀ ਕੀਤੀ ਹੈ। ਉਹਨਾਂ ਨੇ ਕਿਹਾ ਹੈ, ਸਾਡੀਆਂ ਮੰਗਾਂ ਜੇ ਨਾ ਮੰਨੀਆਂ ਗਈਆਂ, ਅਸੀਂ ਸੰਘਰਸ਼ ਨੂੰ ਹੋਰ ਵੀ ਤੇਜ਼ ਕਰਾਂਗੇ। ਬਠਿੰਡਾ ਤੋਂ ਹਰਪ੍ਰੀਤ ਸਿੰਘ ਦੀ ਰਿਪੋਰਟ। ਤੁਹਾਡਾ ਜੀ ਜਸਪਿੰਦਰ ਸਿੰਘ, ਇਹ ਸਰ ਜਿਹੜਾ ਪੁਤਲਾ ਸਾੜਿਆ ਨਰਿੰਦਰ ਮੋਦੀ ਦਾ ਕਿਉਂ ਸਾੜਿਆ ਸੀ? ਇਹ ਜੀ ਜੋ ਸਾਡੇ ਕਿਸਾਨੀ ਨਾਲ ਵਾਅਦੇ ਕੀਤੇ ਕਿਸਾਨਾਂ ਨਾਲ, ਉਹਨਾਂ ਤੋਂ ਇਹ ਸਾਫ਼ ਤੌਰ 'ਤੇ ਮੁੱਕਰ ਗਏ ਆ। ਇਸ ਕਰਕੇ ਸਾਰੇ ਹਿੰਦੁਸਤਾਨ ਲੈਵਲ 'ਤੇ ਜਿਹੜੇ ਕਿਸਾਨ ਆ ਰੋਸ ਦੇ ਵਜੋਂ ਪੁਤਲੇ ਫੂਕ ਰਹੇ ਆ। ਇਹ ਸਰ ਕਿੰਨਾ ਚਿਰ ਫੁੱਕਦੇ ਰਹਿਣਗੇ ਨਰਿੰਦਰ ਮੋਦੀ ਦੇ ਪੁਤਲੇ? ਜਿੰਨਾ ਚਿਰ ਸਾਡੇ ਮਤਲਬ ਜਿਹੜੀਆਂ ਮੇਨ ਤੋਂ ਮੰਗਾਂ ਹੈ, ਕਰਜ਼ਾ ਮਾਫ਼ੀ, ਡਾਕਟਰ ਸਵਾਮੀਨਾਥ ਦੀ ਰਿਪੋਰਟ ਦੇ ਮੁਤਾਬਕ ਭਾਅ ਜਿੰਨਾ ਚਿਰ ਸਾਨੂੰ ਨਹੀਂ ਮਿਲਦੇ, ਉਹਨਾਂ ਦਾ ਸਾਡਾ ਅਸੀਂ ਕਰਜ਼ੇ ਜਾ ਕੇ ਰੋਕਦੇ। ਇਹ ਅੱਜ ਇੱਕ ਦਿਨ ਹੀ ਧਰਨਾ ਗਾ ਜੀ, ਫਿਰ ਵੀ ਨਾ ਮੰਗਾਂ ਮੰਨੀਆਂ, ਫਿਰ ਕੀ ਅੱਗੇ ਕੀ ਹੋਊਗਾ? ਫਿਰ ਜੀ 2019 ਦੇ ਵਿੱਚ ਇਲੈਕਸ਼ਨ ਆਉਣ ਵਾਲੇ ਆ, ਅਸੀਂ ਇਹਨਾਂ ਦਾ ਬਿਹਤਰਾ ਕੋਲ ਕਰ ਦਿਆਂਗੇ ਜਿਵੇਂ ਯੂਪੀ ਦੇ ਬਿਹਾਰ 'ਚ ਕੀਤਾ। ਬਸ ਇਹੀ ਮੰਗਾਂ ਨੇ ਤੁਹਾਡੀਆਂ, ਕਰਜ਼ਾ ਮਾਫ਼ੀ ਹੈ, ਇਹ ਸਾਡੀਆਂ ਮਾਸ, ਜਿਹੜਾ ਸਾਡਾ ਬਾਹਰ ਜਥੇਬੰਦੀਆਂ ਦਾ ਜਿਹੜਾ ਗੱਠਜੋੜ ਹੈ, ਉਹਦੀਆਂ ਸਾਡੀਆਂ ਮੇਨ ਦੋ ਮੰਗਾਂ ਹੈ, ਡਾਕਟਰ ਸਵਾਮੀਨਾਥਨ ਦੀ ਰਿਪੋਰਟ ਅਤੇ ਕਰਜ਼ੇ ਦੇ ਲਕੀਰੇ। ਪੰਜਾਬ ਸਰਕਾਰ ਨੇ ਸਰ ਕਰਜ਼ਾ ਮਾਫ਼ੀ ਦੀ ਗੱਲ ਕੀਤੀ, ਉਹਦੇ ਬਾਰੇ ਕੀ ਕਹਿਣਾ? ਪੰਜਾਬ ਸਰਕਾਰ ਵੀ ਜਿਸ ਤਰ੍ਹਾਂ ਸੈਂਟਰ ਸਰਕਾਰ ਵਾਂਗੂ ਫੁੱਟ ਕੇ ਧਿਆਨ ਰੱਖ ਕੇ ਇਹਨਾਂ ਨੇ ਕਿਹਾ ਸੀ ਕਿ ਸਾਰੀਆਂ ਬੈਂਕਾਂ ਦਾ, ਹੜਤੀਆਂ ਦਾ, ਕੋਪਰੇਟਿਵ ਮਹਿਕਮੇ ਦਾ ਸਾਰਾ ਕਰਜ਼ਾ ਮਾਫ਼ ਕਰਾਂਗੇ, ਪਰ ਕਹਿ ਉਹ ਵੀ ਮੁੱਕਰ ਗਏ, ਸਾਫ਼ ਮੁੱਕਰ ਗਏ। ਘਰ ਘਰ ਨੌਕਰੀ, ਘਰ ਘਰ ਰੁਜ਼ਗਾਰ, ਉਹਦੇ ਬਾਰੇ ਕੀ ਕਹਿਣਾ? ਕੁਛ ਨਹੀਂ, ਬਿਲਕੁਲ ਫੋਕੇ ਵਾਧੇ ਰਹਿ ਗਏ ਸਾਰੇ। ਇਹ ਸਰ ਫਿਰ ਵੀ ਤੁਹਾਡੀ ਮਿਹਨਤ ਨੂੰ, ਜਿਹੜੇ ਤੁਹਾਡੇ ਸੰਘਰਸ਼ ਨੂੰ ਰੰਗ ਨਾ ਲੱਗਿਆ ਤਾਂ ਫਿਰ ਕੀ ਕਰੋਗੇ? ਬਿਲਕੁਲ ਲੱਗੂਗਾ, ਅਸੀਂ ਜਿੰਨਾ ਅਸੀਂ ਤਨੋ ਮਨੋ ਅਸੀਂ ਤੁਰੇ ਹੋਏ ਕਿ ਜਿੰਨਾ ਚਿਰ ਸਾਡੇ ਮੰਗਾਂ ਸਾਡੀਆਂ ਨਹੀਂ ਮੰਨੀਆਂ ਜਾਂਦੀਆਂ, ਉਹਨਾਂ ਚਿਰ ਅਸੀਂ ਸੰਘਰਸ਼ ਜਾਰੀ ਰੱਖਾਂਗੇ। ਕੁਲਦੀਪ ਸਿੰਘ ਚੱਕ ਭਾਈ ਕੇ ਸੁਭਾਸ਼। ਹਾਂਜੀ, 2014 'ਚ ਕੇਂਦਰ ਸਰਕਾਰ ਨੇ, ਭਾਰਤੀ ਜਨਤਾ ਪਾਰਟੀ ਨੇ ਕਿਸਾਨਾਂ ਨਾਲ ਇੱਕ ਵੱਡਾ ਵਾਅਦਾ ਕੀਤਾ ਸੀ ਵੀ ਦਿੱਲੀ ਸਾਡੀ ਸਰਕਾਰ ਬਣਾ ਦਿਓ ਕੇਂਦਰ 'ਚ, ਤਾਂ ਤੁਹਾਡੇ ਕਿਸਾਨੀ ਜਲਸਾਂ ਦੇ ਭਾਅ ਡਾਕਟਰ ਸਵਾਮੀਨਾਥਨ ਦੀ ਸਿਫਾਰਸ਼ ਨਾਲ ਜੋੜ ਦਿਆਂਗੇ ਅਤੇ ਕਿਸਾਨਾਂ ਦੇ ਸਾਰੇ ਹਰ ਕਿਸੇ ਦੇ ਕਰਜ਼ੇ ਖਤਮ ਕਰ ਦਿਆਂਗੇ। 4 ਸਾਲ ਬੀਤ ਜਾਣ ਤੋਂ ਬਾਅਦ ਕਰਦੇ ਜੂਨੀ ਚਰਕੀ ਕਿਸਾਨੀ ਦੀ ਕੋਈ ਗੱਲ ਨਹੀਂ ਕਰੀ, ਸੋ ਅਖੀਰ ਅਸੀਂ 23 ਫਰਵਰੀ ਨੂੰ ਦਿੱਲੀ ਨੂੰ ਘੇਰਨ ਦਾ ਫੈਸਲਾ ਲਿਆ। 62 ਕਿਸਾਨ ਜਥੇਬੰਦੀਆਂ ਨੇ ਸਾਨੂੰ ਦਿੱਲੀ ਨਹੀਂ ਜਾਣ ਦਿੱਤਾ, ਰਸਤੇ 'ਚ ਰੋਕਾਂ ਲਾ ਕੇ ਸਾਨੂੰ ਹੈਰਾਨ ਕੀਤਾ ਅਤੇ ਸਾਡੇ ਬਹੁਤ ਸਾਰੇ ਕਿਸਾਨਾਂ ਨੂੰ ਫੜ ਕੇ ਜੇਲ੍ਹਾਂ 'ਚ ਬੰਦ ਕਰਤਾ। ਉਸਦੇ ਰੋਸ ਵਜੋਂ, ਕਿਉਂਕਿ ਸਾਨੂੰ ਸਾਡੀ ਗੱਲ ਕਰਨ ਵਾਸਤੇ ਦਿੱਲੀ ਨਹੀਂ ਜਾਣ ਦਿੱਤਾ, ਉਹਦੇ ਰੋਸ ਵਜੋਂ ਸਾਰੇ ਦੇਸ਼ 'ਚ ਅਸੀਂ ਆਪਸੀ ਫੂਕ ਬਜਾਰੇ ਜਿਹੜੇ ਮੋਦੀ ਸਰਕਾਰ ਦੇ ਕਰ ਰਹੇ ਹਾਂ, ਜਿਹੜੇ ਸਾਰੇ ਦੇਸ਼ 'ਚ ਜਾਰੀ ਨੇ ਚੱਲਣਗੇ, ਅਤੇ ਜਿੰਨਾ ਚਿਰ ਕਿਸਾਨੀ ਮੰਗਾਂ ਸਰਕਾਰ ਨਹੀਂ ਮੰਗਦੀ। ਕੀ ਮੰਗਾਂ ਨੇ ਸਰ, ਕੀ ਮੰਗਾਂ? ਹਾਂਜੀ, ਕੀ ਮੰਗਾਂ ਤੁਹਾਡੀਆਂ? ਕਿਸਾਨੀ ਜਲਸਾਂ ਦੇ ਭਾਅ ਡਾਕਟਰ ਸਵਾਮੀਨਾਥਨ ਦੀ ਸਿਫਾਰਸ਼ ਨਾਲ ਜੋੜਨਾ, ਅਤੇ ਕਿਸਾਨਾਂ ਸਿਰ ਹਰ ਕਿਸਮ ਦੇ ਕਰਜ਼ੇ 'ਤੇ ਜਿਹੜੇ ਕਰਜ਼ੇ ਖੜ੍ਹੇ ਨੇ ਉਹਨਾਂ ਲੀਕ ਮਾਰਨਾ। ਅਤੇ ਕੈਪਟਨ ਸਾਹਿਬ ਨੇ ਇਹ ਵੀ ਕਿਹਾ ਹੈਗਾ ਵੀ ਮੈਂ ਕਿਸਾਨਾਂ ਦੇ ਕਰਜ਼ੇ 'ਤੇ ਲੀਕ ਫੇਰ ਦਿੱਤੀ ਹੈਗੀ ਆ, ਉਹਦੇ ਬਾਰੇ ਕੀ ਕਹੋਗੇ? ਇਸ ਤੋਂ ਅਗਲੀ ਲੜਾਈ ਹੈ ਜਿਹੜੀ, ਪਹਿਲਾਂ ਸਾਡੀ, ਕਿਉਂਕਿ ਦਿੱਲੀ ਨੇ ਪਹਿਲਾਂ ਸਾਡੇ ਨਾਲ ਵਾਅਦਾ ਕੀਤਾ, ਮੋਦੀ ਸਾਹਿਬ ਨੇ ਸਾਡੇ ਨਾਲ ਪਹਿਲਾਂ ਵਾਅਦਾ ਕੀਤਾ, ਉਹਦੇ ਵਾਸਤੇ ਸੰਘਰਸ਼ ਜਾਰੀ ਹੈ। ਇਹ ਤੋਂ ਅਗਲੀ ਲੜਾਈ ਹੈ ਜਿਹੜੀ, ਉਹ ਸਾਡੀ ਪੰਜਾਬ ਸਰਕਾਰ ਨਾਲ ਵੀ ਚੱਲੂ। ਇਹ ਸਰ ਜਿਹੜਾ ਸੰਘਰਸ਼ ਹੈਗਾ ਕਿੰਨਾ ਚਿਰ ਚੱਲਦਾ ਰਹੂਗਾ ਤੁਹਾਡਾ ਜੀ? ਇਹ ਜਿੰਨਾ ਚਿਰ ਸਾਡੀਆਂ ਮੰਗਾਂ 'ਤੇ ਸਰਕਾਰ ਇਹਨਾਂ ਨੂੰ ਮੰਨਦੀ ਨਹੀਂ, ਲਾਗੂ ਨਹੀਂ ਕਰਦੀ।